मित्रों इतने नाइस मुंडा भी होया लैश पैश चलिया कितिया तो मैं दस नूं पता नाइस मुंडे की मक्खन वर्गी गड्डी अजकल घर नहीं खिलारदे खिलारदे परे दैरेज ते बाहर देखा ते आ गई। फिर मित्रों नाइस मुंडे ने भी लाया गड्डी नूं चौथा गेयर आसे पासे देखा ते हरे भरे खेत। नाइस मुंडा अज जा रहा पंजाब दे सोहने शहर फरूकाबाद। नाइस मुंडा जदों भी लंबे सफर ते निकले आ दरबार ते आपां जरूर सलाम करीदा फिर सफर अपना लंघदा सोहना जी। अस्सलाम वालेकुम मित्रों, की हाल चाल है? सेहत ठीक है? शुरू करदे अज दा मिठा ते प्यारा जिहा विलोग। पहले करो विलोग नूं लाइक। चढ़ते पंजाब वाले लेंदे पंजाब दे विच जदों भी प्रोण चारी जाईदा ते लैके जाईदा मिठाई दा डब्बा। मित्रों टफ क्लास नाश्ता करके निकले सी ते हमजा साहब नूं दुबारा लग गई भुख। मैं कहा अशके वी मित्रों मक्खण वर्गे शहर सरगोधा दी पंप ते लाई गड्डी। मैं कहा भाजी कर दिओ फुल क्योंकि जाना लंबे सफर ते। अज दे दौर दे विच जे गड्डी दी टैंकी फुल हो जावे ते सारे वीर भरा नूं दिंदे आ मुबारकबाद, तुसीं वी मैनूं दिओ। अखीर जी मक्खण वर्गे शहर सरगोधा नूं कीता आपां बाय बाय। मैं कहा आंदे आ 5-4 घंटिआं बाद, क्या ही बातां यार शहर। मित्रों कैमरा ऑन किया 1 घंटा 20 मिनट बाद इथे लाई ब्रेक सियाल मोड़ लैना को खाण पीण दा समान। तखीर मित्रों आपां इथों एंटर होण लगे M2 मोटरवे जिहड़ी इस्लामाबाद तो लाहौर नूं जांदी आ। उत्थे मित्रों अगे तां चलाई दी सी आपां टैक्सी, रोज ही मोटरवे चढ़दे सी। अज मैं आया ही तकरीबन 2-3 महीनिआं बाद, देख लो जी इथे दे नज़ारे। मित्रों 45 मिनट और 43 सैकड़ां बाद नाइस मुंडा उतर गया खान का डोगरा इंटरचेंज। मोटरवे उतर के जे मैं GT रोड दी गल करां ते आसे पासे दरख्त लगे हुए सी, किड्डा सोहणा व्यू सी, लाइक तां हुण बणदा। लो जी फरूकाबाद वाले तुहाडा शहर छड्ड दिता, ਇਹ ਦਰਬਾਰ ਤੋਂ ਕਿਹੜਾ ਕਿਹੜਾ ਵੀਰ ਵਾਕਫ ਆ? ਇੱਥੋਂ ਜੀ ਐਂ ਹੋ ਗਏ ਮੈਂ ਸਿੱਧਾ ਲਾਗਰਾ ਪਿੰਡ ਚੱਲ ਜਾਣਾ, ਲਵ ਯੂ ਸਾਰੇ ਵੀਰਾਂ ਨੂੰ ਟਰੱਕ ਭਰ ਕੇ। ਉੱਤੇ ਮਿੱਤਰੋ ਜਿਸ ਤਰ੍ਹਾਂ ਹੀ ਫਰੂਕਾਬਾਦ ਤੋਂ ਤੁਸੀਂ ਮਾਨਾ ਵਾਲੇ ਨੂੰ ਹੋ ਸਿੱਧੇ ਤੇ ਨਨਕਾਣਾ ਸਾਹਿਬ ਨੂੰ ਜਾਂਦੀ ਆ ਇਹ ਸੜਕ। ਲੈ ਚੜ੍ਹਦੇ ਪੰਜਾਬ ਵਾਲਿਆਂ ਦੀ ਨਨਕਾਣਾ ਸਾਹਿਬ ਬਿਲਕੁਲ ਸਾਡੇ ਨਜ਼ਦੀਕ ਆ, ਲੇਕਿਨ ਟਾਈਮ ਦੀ ਕਿੱਲਤ ਦੀ ਵਜ੍ਹਾ ਤੋਂ ਮੈਂ ਜਾ ਨਹੀਂ ਸਕਦਾ। ਇਨਸ਼ਾਅੱਲਾ ਆਣ ਕਰੀਬ ਆਪਾਂ ਬਲੌਗ ਬਣਾਵਾਂਗੇ ਕਿ ਨਨਕਾਣੇ ਸਾਹਿਬ ਦਾ। ਮੈਂ ਕਿਹਾ ਮਿੱਤਰਾਂ ਨੂੰ ਦਿਖਾ। ਤਖੀਰ ਸੱਜਣੋ ਤੇ ਮਿੱਤਰੋ 2 ਘੰਟੇ 50 ਮਿੰਟ ਬਾਅਦ ਨਾਈਸ ਮੁੰਡਾ ਪਹੁੰਚ ਗਿਆ ਮਾਨ ਵਾਲੇ ਦੇ ਪਿੰਡ ਲਾਗ। ਮਿੱਤਰੋ ਆਇਆ ਸੀ ਆਪਣੀ ਭੈਣ ਦੇ ਘਰ। ਲੈ ਮਿੱਤਰੋ ਜਿਸ ਤਰ੍ਹਾਂ ਹੀ ਭਾਣਜਾ ਅਲਮਰੂਫ ਟਹਿਣੇ ਸ਼ਾਹ ਨੇ ਮੈਨੂੰ ਦੇਖਿਆ ਤੇ ਨੱਟ ਕੇ ਆਇਆ, ਕਹਿੰਦਾ ਮਾਮਾ ਆਇਆ ਬਈ ਮਾਮਾ ਕਿਆ ਬਾਤ। ਫਿਰ ਮਿੱਤਰੋ ਹਰ ਭਾਣਜੇ ਦੀ ਤਰ੍ਹਾਂ ਮੇਰੇ ਭਾਣਜੇ ਵੀ ਲਿਆਂਦੀਆਂ ਗੱਡੀਆਂ, ਕਹਿੰਦਾ ਮਾਮਾ ਦੇਖ ਮੇਰਾ ਟਰਾਲਾ। ਮੈਂ ਕਿਹਾ ਵਾਹ ਬਈ ਵਾਹ ਕਿਆ ਬਾਤ। ਪਤਾ ਦੁਪਹਿਰ ਹੋ ਗਈ ਸੀ, ਟਾਈਮ ਸੀ ਨਮਾਜ਼ੇ ਜ਼ੁਹਰ ਦਾ, ਪਹਿਲੇ ਨੰਬਰ ਤੇ ਨਮਾਜ਼ ਪਕਾਇਆ ਸਾਰੇ ਕੰਮ ਬਾਅਦ। ਚਲੋ ਜੀ ਮਾਸ਼ਾਅੱਲਾ ਲਾਗਰ ਪਿੰਡ ਦੇ ਵਿੱਚ ਰੱਬ ਦਾ ਕਿੱਡਾ ਸੋਹਣਾ ਘਰ ਆ ਯਾਰ। ਮੈਂ ਕਿਹਾ ਇੱਕ ਤਾਂ ਕਲਿੱਪ ਬਣਦਾ। ਉੱਤੇ ਮਿੱਤਰੋ ਯਕੀਨ ਮੰਨੋ ਅਗਰ ਤੁਸੀਂ ਜ਼ਿੰਦਗੀ 'ਚ ਕਾਮਯਾਬੀ ਚਾਹੁੰਦੇ ਆ ਤੇ ਇਸ ਘਰ ਨਾਲ ਰਾਬਤਾ ਜ਼ਰੂਰ ਰੱਖੋ। ਮਤਲਬ ਜ਼ੋਰ ਦੀ ਨਮਾਜ਼ ਤੋਂ ਹੋਇਆ ਫਰਕ, ਜਦ ਮੈਂ ਬਾਹਰ ਨਿਕਲਿਆ ਫੁੱਲ ਦੇਸੀ ਮਾਹੌਲ ਇਸ ਪਿੰਡ ਦੇ ਅੰਦਰ, ਬਾਬਾ ਬੈਠਾ ਸੀ ਜੁੱਤੀਆਂ। ਚੜ੍ਹਦੇ ਪੰਜਾਬ ਵਾਲਿਓ ਮੇਰਾ ਮੱਖਣ ਵਰਗਾ ਪਿੰਡ ਵੀ ਤੁਸੀਂ ਦੇਖਦੇ ਰਹਿੰਦੇ ਹੋਣੇ ਆ, ਲੇਕਿਨ ਇਹ ਪਿੰਡ ਬਹੁਤਾ ਹੀ ਦੇਸੀ ਆ। ਉਸ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਪਹੁੰਚੇ ਘਰ, ਟਹਿਣੇ ਸ਼ਾਹ ਸਾਡਾ ਇੰਤਜ਼ਾਰ ਕਰ ਰਹੇ ਸੀ, ਕਹਿੰਦਾ ਮਾਮਾ ਕਿੱਥੇ ਚਲੇ ਗਏ ਸੀ ਤੁਸੀਂ? ਇਸ ਪਿੰਡ ਦੇ ਵਿੱਚ ਵੀ ਆਪਣੇ ਫੈਨ ਹੈ ਸੀ, ਇੱਕ ਵੀਰ ਤਾਂ ਕਹਿੰਦਾ ਸੀ ਸਾਨੂੰ ਜ਼ਰੂਰ ਮਿਲਾਇਓ ਚੱਲਿਆ ਮੈਂ ਮਿਲਣ। ਅਖੀਰ ਨਾਈਸ ਮੁੰਡਾ ਪਹੁੰਚਿਆ ਆਪਣੇ ਮਿੱਠੇ ਜਿਹੇ ਫੈਨ ਕੋ, ਬਣਾਇਆ ਮਿੱਠਾ ਜਿਹਾ ਕਲਿੱਪ, ਭਰਾ ਬੜਾ ਹੀ ਖੁਸ਼ ਹੋਇਆ ਸਾਨੂੰ ਯਾਰ ਮਿਲ। ਯਕੀਨ ਮੰਨੋ ਆਵਾਮ ਦੀਆਂ ਮੁਹੱਬਤਾਂ ਤੇ ਆਪਾਂ ਵੀ ਜ਼ਰੂਰ ਸਾਰੇ ਭਰਾਵਾਂ ਨੂੰ ਮਿਲੀ। ਜਦੋਂ ਟਹਿਣੇ ਸ਼ਾਹ ਨੇ ਜਾਣਾ ਸੀ ਸਾਡੇ ਨਾਲ, ਵਾਪਸੀ ਦੇ ਉੱਤੇ ਆਪਣੇ ਅੱਬੇ ਹਜ਼ੂਰ ਦਾ ਹੱਥ ਚੁੰਮ ਰਿਹਾ ਸੀ। ਮੈਂ ਕਿਹਾ ਵਾਹ ਕਿਆ ਬਾਤਾਂ ਮੁਹੱਬਤ ਦੀਆਂ। ਤਖੀਰ ਲਾਗਰ ਪਿੰਡ ਨੂੰ ਨਾਈਸ ਮੁੰਡੇ ਨੇ ਕੀਤਾ ਬਾਏ ਬਾਏ, ਢੇਰ ਸਾਰੀਆਂ ਮੁਹੱਬਤਾਂ। ਜਿੰਨੇ ਵੀਰ ਵੀਡੀਓ ਦੇਖਦੇ ਆ ਲਵ ਯੂ ਟਰੱਕ ਪਰ। ਨਾਈਸ ਮੁੰਡਾ ਰੋਡ ਤੇ ਚੜਿਆ, ਭਾਈ ਨੇ ਮਾਰੀ ਲੈਟ ਕੇ ਸਾਡਾ ਵੀ ਕਲਿੱਪ ਬਣਦਾ। ਮੈਂ ਕਿਹਾ ਬਣਾਉਂਦੇ ਆ ਭਾਜੀ, ਤੁਹਾਡੇ ਸ਼ਹਿਰ ਆਏ ਹਾਂ। ਚੜ੍ਹਦੇ ਪੰਜਾਬ ਵਾਲਿਓ ਅਗਰ ਤਾਂ ਤੁਸੀਂ ਗੁਰਦੁਆਰਿਆਂ ਤੇ ਆਏ ਹੋਏ ਆ ਤੇ ਆਹ ਸਟਾਫ ਦਾ ਨਾਮ ਸੱਚਾ ਸੌਦਾ ਜਾਣਦੇ ਹੋਣੇ। ਤਖੀਰ 1 ਘੰਟੇ ਦੇ ਬਾਅਦ ਦੁਬਾਰਾ ਅਸੀਂ ਮੋਟਰਵੇ ਦੇ ਆ ਗਏ ਨਜ਼ਦੀਕ ਤੇ ਇੱਥੋਂ ਇੰਟਰ ਹੋਣ ਲੱਗੇ ਆਪਾਂ ਮੋਟਰਵੇ ਦੇ। ਮਿੱਤਰੋ ਮੋਟਰਵੇ ਤੇ ਹਲੇ ਸਫ਼ਰ ਕਰਦੇ ਨੂੰ 1.5 ਘੰਟਾ ਹੀ ਹੋਇਆ ਸੀ ਤੇ ਨਾਲ ਹੀ ਬ੍ਰੇਕ ਲਾਤੀ ਸੁਖੀ ਕੇ ਇੰਟਰਚੇਂਜ। ਸਾਹਿਬ ਚਲੇ ਗਏ ਕੋਈ ਖਾਣ ਪੀਣ ਵਾਸਤੇ ਤੇ ਟਾਈਮ ਸੀ ਨਮਾਜ਼ੇ ਅਸਰ ਦਾ, ਮੈਂ ਨਮਾਜ਼ ਪੜ੍ਹ ਲਈ। ਅਬਦੁੱਲਾ ਜੀ ਜਿਵੇਂ ਮੈਂ ਮਸਜਿਦ 'ਚ ਪਹੁੰਚਿਆ ਤੇ ਮਾਸ਼ਾਅੱਲਾ ਜੀ ਜਮਾਤ ਮੈਨੂੰ ਲੱਭ ਗਈ ਆ, ਕਿਆ ਹੀ ਬਾਤਾਂ ਯਾਰ, ਸਕੂਨ ਹੀ ਲੈਦਾ। ਭਾਈ ਵਲੋਗ ਬਾਅਦ 'ਚ ਬਣਾ ਲਈ, ਗੱਡੀ 'ਚ ਬਹਿ। ਚਲ ਆ ਯਾਰ, ਟਾਈਮ ਥੋੜਾ ਹਮਜਾ। ਟੈਨਿਸ਼ਾ ਚਲੋ ਯਾਰ, ਚਲੀਏ ਟੈਨਿਸ਼ਾ, ਚਲੋ ਚਲੀਏ, ਚਲੋ ਯਾਰ, ਚਲੋ ਚਲੋ। ਢਿੱਲਾ ਮੈਂ ਕਿਹਾ ਆ ਜਾਏਗਾ ਕੌਮੀ ਖਜ਼ਾਨੇ ਤੇ ਲੱਗਿਆ ਹੋਇਆ ਸੀ ਇੰਟਰਚੇਂਜ ਤੇ ਰਸ਼। ਅਖੀਰ 5 ਘੰਟੇ 20 ਮਿੰਟ ਬਾਅਦ ਨਾਈਸ ਮੁੰਡਾ ਪਹੁੰਚ ਗਿਆ ਆਪਣੇ ਮੱਖਣ ਵਰਗੇ ਸ਼ਹਿਰ ਸਰਗੋਧਾ ਕੀਤਾ। ਉੱਤੇ ਮਿੱਤਰੋ ਜਿੱਥੇ ਮਰਜ਼ੀ ਫੈਲੀਏ ਪਰ ਮੱਖਣ ਵਰਗੇ ਸ਼ਹਿਰ ਸਰਗੋਧੇ ਦੀਆਂ ਯਾਰ ਕਿਆ ਹੀ ਬਾਤਾਂ। ਅਬਦੁੱਲਾ ਜੀ ਖੈਰੋ ਆਫੀਅਤ ਨਾਲ ਪਹੁੰਚ ਗਏ ਆਪਾਂ ਘਰ, ਖੋਲੀਏ ਡਿੱਗੀ, ਕੱਢ ਰਹੇ ਆ ਟੈਣੇ ਸ਼ਾਹ ਦਾ ਸਮਾਨ। ਬੜਾ ਇੰਜੋਏ ਕੀਤਾ ਸਫ਼ਰ। ਇਹੀ ਆਸੀਆਂ ਖੇੜੀਆਂ ਦੇ ਵਿੱਚ ਆਪਣਾ ਖਿਆਲ ਰੱਖਿਓ, ਨਮਾਜ਼ ਕਾਇਮ ਕਰਿਓ। ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ। ਜਗ ਜਿੰਦਾਂ ਦੇ ਮੇਲੇ, ਪਾਕਿਸਤਾਨ ਜ਼ਿੰਦਾਬਾਦ।